ਪਰਮ ਸਤਕਾਰਯੋਗ ਸਾਧ ਸੰਗਤ ਜੀ ਰਸਨਾ ਬਵਿੱਤਰ ਕਰੀਏ ਤੇ ਆਖੀਏ ਤਾਂ ਸ੍ਰੀ ਸਤਗੁਰੂ ਨਾਨਕ ਦੇਵ ਜੀ ਤਾਂ ਸ੍ਰੀ ਸਤਗੁਰੂ ਜਗਜੀਤ ਸਿੰਘ ਜੀ ਤਾਂ ਸ੍ਰੀ ਸਤਗੁਰੂ ਉਦੇ ਸਿੰਘ ਜੀ ਸਾਧ ਸੰਗਤ ਜੀ ਅੱਜ ਦੀ ਸਾਖੀ ਦਾ ਸੀ ਲੇਖ ਹੈ ਸਾਖੀ ਗਊਆ ਮਹਿਕ ਚਰਾਵਣ ਦੀ ਚੱਲੀ ਇੱਕ ਦਿਨ ਗੁਰੂ ਨਾਨਕ ਦੇਵ ਜੀ ਦੇ ਪਿਤਾ ਨੇ ਆਖਿਆ ਪੁੱਤਰ ਨਾਨਕ ਤੂੰ ਆਪਣੇ ਘਰ ਦੀਆਂ ਗਊਆਂ ਮਈਆਂ ਚਾਰ ਲਿਆਇਆ ਘਰ ਅੱਗੇ ਤਾਂ ਨੌਕਰ ਜਾਂਦੇ ਸਨ ਤੇ ਹੁਣ ਤੁਸੀਂ ਆਪ ਹੀ ਜਾਵੋ ਤਾਂ ਹੱੱਛੇ ਡਰਾਂ ਰਜਾ ਕੇ ਲਿਆਇਆ ਕਰੋ ਨਾਲੇ ਬਾਹਰ ਫਿਰ ਕੇ ਪ੍ਰਸੰਨ ਰਹੇਗਾ ਅਤੇ ਤੇਰਾ ਮਨ ਪਰਚਿਆ ਰਹੇਗਾ ਤਾਂ ਸ਼੍ਰੀ ਸਤਗੁਰੂ ਜੀ ਬੋਲੇ ਹੈ ਪਿਤਾ ਜੀ ਜੋ ਕੁ ਛਾਪ ਕਹੋਗੇ ਸੋਈ ਮੈਂ ਕਰਾਂਗਾ ਜੀ ਵੱਡੀ ਸਵੇਰ ਹੋਈ ਤਾਂ ਗੁਰੂ ਜੀ ਉੱਠੇ ਤੇ ਮਾਤਾ ਜੀ ਨੇ ਕੁਝ ਖਾਣੇ ਵਾਸਤੇ ਲਾੜਬਾਂ ਦਿੱਤਾ ਤੇ ਇਸ਼ਨਾਨ ਕਰਵਾਏ ਕਰ ਹੱਥ ਵਿੱਚ ਇੱਕ ਛੱਟੀ ਦੇ ਦਿੱਤੀ। ਸ਼੍ਰੀ ਗੁਰੂ ਜੀ ਗਊਆਂ ਮੱਈਆਂ ਦੇ ਰਸਤੇ ਖੋਲ ਕੇ ਬਾਹਰ ਲੈ ਗਏ। ਮਾਨੋ ਸ਼੍ਰੀ ਕ੍ਰਿਸ਼ਨ ਜੀ ਦੇ ਸਮਾਨ ਬ੍ਰਿਜ ਵਿੱਚ ਗਊਆਂ ਚਾਰਨੇ ਗਏ ਹਨ ਬ੍ਰਿੰਦਾਵਨ ਕੋ। ਅੱਗੇ ਮਹਾਰਾਜ ਜੀ ਗਊਆਂ ਕੋ ਚਾਰਤੇ ਇੱਕ ਸੁੰਦਰ ਸਥਾਨ ਦੇ ਕੇ ਇਕਾਂਤ ਵਿੱਚ ਬੈਠ ਗਏ। और समाधि में स्थित हो गए श्री परमेश्वर जी की बंदगी में लिव लीन हो रहे जो गऊ मैया महाराज दियाँ चर दिया चर्दिया, चर्दिया, एक बड़ी सुंदर पैली हरी हो हुई देखकर उसमें जाए बड़ियाँ सब चार कर रज के उसी खेत के विखे बैठ रही संपूर्ण खेत उजाड़ कर कितने में खेत का मालिक आया देखे ता खेत खाए कर गुआ मई बैठ रही हैं तो उसने गुरु नानक जी ने आख्या भाई तू पटवारी मेरी खेती सब उजाड़ देती है इस उजाड़े के जवाब कर तू भला चरावा बनया है गुरु नानक जी आख्या भाई तेरा तो कुछ नहीं उजड़िया तू क्यों बोलता है क्या होया जो किसी पशु ने ਮੂਹ ਪਾਇਆ ਖੁਦਾਏ ਇਸੇ ਵਿੱਚ ਬਰਕਤ ਕਰਸੀ ਤਾ ਉਹ ਚੁੱਪ ਨਾ ਕਰੇ ਲੱਗਾ ਨਾਨਕ ਜੀ ਨਾਲ ਲੜਨ ਤਾਂ ਨਾਨਕ ਜੀ ਤੇ ਉਹ ਜ਼ਿਮੀਦਾਰ ਦੋਵੇਂ ਝਗੜਦੇ ਝਗੜਦੇ ਰਾਏ ਬੁਲਾਰ ਦੇ ਪਾਸ ਆਏ ਜੋ ਤਲਵੰਡੀ ਦਾ ਹਾਕਮ ਸੀ ਤਾ ਉਸ ਖੇਤ ਵਾਲੇ ਪੁਕਾਰ ਕੀਤੀ ਰਾਏ ਬੁਲਾਰ ਜੀ ਤੇਰੇ ਪਟਵਾਰੀ ਦੇ ਪੁੱਤਰ ਨੇ ਮੇਰਾ ਸਾਰਾ ਖੇਤ ਉਜਾੜ ਦਿੱਤਾ ਹੈ ਤਾਂ ਪਾਸੋਂ ਲੋਕਾਂ ਆਖਿਆ ਜੋ ਨਾਨਕ ਤਾਂ دیਵਾਨਾ ਹੈ ਪਰ ਕਾਲੂ ਨੂੰ ਸਦੋ ਤਰਾਏ ਨੇ ਰਾਏ ਬੁਲਾਰਨੇ ਕਾਲੂ ਨੂੰ ਸਦਵਾਇਆ ਜੇ ਦੁਕਾਲੂ ਆਇਆ ਤਾਂ ਰਾਏ ਨੇ ਆਖਿਆ ਕਾਲੂ ਤੂੰ ਇਸ ਪੁੱਤਰ ਨੂੰ ਸਮਝਾਨਾ ਕਿਉਂ ਨਹੀਂ ਜੋ ਗਰੀਬ ਦਾ ਖੇਤ ਉਜਾੜ ਆਇਆ ਹੈ ਭਲਾ دیਵਾਨਾ ਕਰ ਛੋੜਿਆ ਹੈ ਭਾਈ ਜਾਇਕਰ ਇਸ ਦਾ ਉਜਾੜਾ ਭਰ ਦੇ ਨਹੀਂ ਤਾਂ ਇਹ ਤੁਰਕ ਹੈ ਪੁਕਾਰ ਕਰ ਸੀ ਤਾਂ ਕਾਲੂ ਆਖਿਆ ਰਾਇ ਬੁਲਾਰ ਜੀ ਮੈਂ ਕੀ ਕਰਾਂ ਇਹ ਤਾਂ ਮਸਤਾਨਾ ਹੀ ਹੋਏ ਰਹਿਦਾ ਹੈ ਕੁਝ ਕੰਮ ਕਰਦਾ ਨਹੀਂ ਹੈ ਤਾਂ ਰਾਇ ਆਖਿਆ ਕਾਲੂ ਤੂੰ ਜਾ ਕੇ ਉਜਾੜਾ ਭਰ ਦੇ ਹੋਰ ਮੈਂ ਕੁਝ ਨਹੀਂ ਆਖਦਾ ਤਾਂ ਨਾਨਕ ਜੀ ਆਖਿਆ ਰਾਈ ਜੀ ਤੁਸੀਂ ਕਿਉਂ ਲੜਦੇ ਹੋ ਉੱਥੇ ਤਾਂ ਇੱਕ ਬੁੱਟਾ ਵੀ ਨਹੀਂ ਉਜੜਿਆ ਹੋਇਆ ਤੇ ਕਿਸੇ ਪਸ਼ੂ ਪੈਰ ਵੀ ਨਹੀਂ ਪਾਇਆ ਇਹ ਤਾਂ ਐਵੇਂ ਹੀ ਕੂਕਦਾ ਹੈ तो वो जट बोलिया मेरा खेत सब उजड़ गया है मैं मुठा हाँ मेरा न्याओ करो उ बूटा भी नहीं रहा त नानक जी आख्या राय जी तुं कोई अपना आदमी भेज देवो एक पट्ठा भी नहीं टूक राय बुलार ने अपने प्यादे भेज दिते जो जायकर देख ਤਾ ਖੇਤੀ ਸਭ ਸਾਬਤ ਖੜੀ ਹੈ ਇੱਕ ਪੱਠਾ ਵੀ ਨਹੀਂ ਖਾਦਾ ਗਿਆ ਚੁਫੇਰੇ ਫਿਰਕੇ ਵੇਖਿਆ ਕਿਧਰੇ ਪਸ਼ੂ ਦਾ ਖੋਜ ਵੀ ਨજર ਨਹੀਂ ਆਇਆ ਤਾਂ ਉਹ ਜੱਟ ਵੇਖ ਕੇ ਅश्चਰਜ ਹੋਇਆ ਗਿਆ ਪਿਆਦੇ ਮੂੰਹ ਆਖਣ ਲੱਗੇ ਰਾਏ ਜੀ ਖੇਤੀ ਤਾਂ ਸਭ ਸਾਬਤ ਖੜੀ ਹੈ ਹਰੀ ਭਰੀ ਹੈ ਇੱਕ ਬੁੱਟਾ ਵੀ ਨਹੀਂ ਟੁਕਿਆ ਤਾਂ ਰਾਏ ਬੁਲਾੜਨੇ ਖੇਤੀ ਵਾਲੇ ਨੂੰ ਝੁੱਟਾ ਗੀਤਾ ਤਾਂ ਸ੍ਰੀ ਗੁਰੂ ਨਾਨਕ ਜੀ ਤੇ ਕਾਲੂ ਦੋਵੇਂ ਘਰ ਨੂੰ ਆਏ ਅੱਗੇ ਸਾਖੀ ਪਰ 6ਵੀਂ ਦੀ ਚੱਲੀ ਸੰਮਤ 15 ਸੈਂ 35 ਵਿਸਾਖੀ ਸ੍ਰੀ ਗੁਰੂ ਨਾਨਕ ਜੀ ਗਊਆਂ ਮਈਆ ਚਾਰਿਆ ਹੈ ਜਾਂ ਇੱਕ ਦਿਨ ਹੋਇਆ ਤੇ ਮੱਝ ਹੀ ਚਾਰਨ ਗਏ ਜਦ ਦੁਪਹਿਰ ਹੋਈ ਤਾਂ ਅਨੰਦ ਪ੍ਰਸੰਨ ਹੋ ਇੱਕ ਦਰਖਤ ਦੇ ਹੇਠ ਬਹਿ ਗਏ ਤੇ ਮੱਝੀ ਛਾਵੇਂ ਬਹਿ ਗਈਆਂ ਤਾਂ ਨਾਨਕ ਜੀ ਚੁੰਨੀ ਹੇਠ ਵਿਛਾਈ ਕੇ ਸੌਂ ਗਏ ਪਰ ਛਾਵਾ ਟਲ ਗਿਆ ਸ੍ਰੀ ਗੁਰੂ ਨਾਨਕ ਜੀ ਦੇ ਮੂੰਹ ਪਰ ਧੁੱਪ ਆ ਗਈ ਤਾਂ ਗਰਮੀ ਕਰਕੇ ਪ੍ਰਸੀਨਾ ਆ ਗਿਆ ਤਾਂ ਸ਼ੇਸ਼ਨਾਗ ਆਪਣਾ ਸਵਾਮੀ ਜਾਣ ਕੇ ਆਇਆ ਸਫੇਦ ਰੰਗ ਦਾ ਥਾ ਤੇ ਫਨ ਫਸਾਰ ਕਰ ਮੂੰਹ ਉਪਰ ਛਾਇਆ ਕਰੀ ਪਰ ਕਣਕ ਦੇ ਕਾਛ ਦੇ ਦਿਨ ਆਹੇ ਰਾਇ ਬੁਲਾਰ ਕੁੰਮਦਾ ਕੁੰਮਦਾ ਉਸ ਰਸਤੇ ਆ ਗਿਆ ਦੇਖੇ ਤਾਂ ਇੱਕ ਨੀਗਰ ਸੁੱਤਾ ਬਿਆ ਹੈ ਤੇ 나ਗ ਕੋਲ ਬੈਠਾ ਹੋਇਆ ਹੈ ਤੇ ਸਿਰ ਪਰ ਫਨ ਦੀ ਛਾਇਆ ਕੀਤੀ ਹੋਈ ਹੈ ਰਾਇ ਬੁਲਾਰ ਦੇਖ ਕੇ ਖੜਾ ਹੋਇਆ ਗਿਆ ਜੀ ਵਿੱਚ ਵਿਚਾਰਨ ਲਗਾ ਭਾਈ ਜੇ ਤਾਂ ਇਹ ਨੀਗਰ ਜਿੰਦਾ ਹੈ ਤਾ ਕੋਈ ਔਲੀਆ ਅੰਬੀਪਾ ਤੇ ਜੇਕਰ ਸਰਪ ਸਾ ਪੀ ਗਿਆ ਹੈ ਤਾਂ ਇਹ ਮਰ ਗਿਆ ਹੈ ਇਹ ਵਿਚਾਰਦਾ ਸੀ ਤਾਂ ਪਿੱਛੋਂ ਆਦਮੀ ਆਏ ਤਾਂ ਰਾਏ ਆਖਿਆ ਭਾਈ ਇਹ ਨੀਂਗਰ ਦੇਖੋ ਜੋ ਕੌਣ ਸੁੱਤਾ ਹੈ ਉਹ ਦੇਖਣ ਤਾਂ ਕਾਲੂ ਪਟਵਾਰੀ ਦਾ ਪੁੱਤਰ ਨਾਨਕ ਸੁੱਤਾ ਪਿਆ ਹੈ ਤਾਂ ਉਹਨਾਂ ਆਖਿਆ ਰਾਏ ਜੀ ਤੇਰੀ ਕਾਲੂ ਪਟਵਾਰੀ ਦਾ ਪੁੱਤਰ ਹੈ ਤਾਂ ਰਾਏ ਆਖਿਆ ਇਸ ਨੂੰ ਜਗਾਓ ਜਾਂ ਉਹ ਨੇੜੇ ਗਏ ਤਾਂ ਸਰਪ ਗੁੰਮ ਹੋਇਆ ਗਿਆ ਤਾਂ ਉਹਨਾਂ ਨਾਨਕ ਨੂੰ ਜਗਾਇਆ ਸ੍ਰੀ ਗੁਰੂ ਨਾਨਕ ਜੀ ਉੱਠ ਬੈਠੇ ਦੇਖੇ ਤਾਂ ਸਿਰ ਤੇ ਰਾਏ ਜੀ ਖੜਾ ਹੈ ਤਾਂ ਨਾਨਕ ਜੀ ਹੱਥ ਜੋੜ ਕੇ ਰਾਏ ਨੂੰ ਸਲਾਮ ਕੀਤਾ ਰਾਏ ਬੁਲਾਰ కోడే ਉੱਤੋਂ ਉਤਰ ਕੇ ਨਾਨਕ ਜੀ ਨੂੰ ਗੱਲ ਨਾ ਲਾਇਆ ਤੇ ਮੱਥਾ ਜੁਮਿਆ ਹੱਥ ਜੋੜ ਕੇ ਬੰਦਗੀ ਆਖੀ ਬਹੁਤ ਅਦਬ ਕੀਤੀ ਸਭ ਲੋਕ ਹੈਰਾਨ ਹੋਏਗੇ ਆਖਣ ਲੱਗੇ ਭਾਈ ਇਸ ਨੀਗਰ ਉਤੇ ਰਾਏ ਦੀ ਬਹੁਤ ਮਿਹਰਬਾਨੀ ਹੈ ਫੇਰੇ ਰਾਏ ਘਰ ਆਇਆ ਤੇ ਕਾਲੂ ਨੂੰ ਸਦਵਾਇਆ ਜਾਂ ਕਾਲੂ ਆਇਆ ਤਾਂ ਰਾਏ ਨੇ ਕਾਲੂ ਨੂੰ ਆਖਿਆ ਕਾਲੂ ਤੇਰਾ ਜੋ ਨਾਨਕ ਪੁੱਤਰ ਹੈ ਇਹ ਸਤਾਈ ਕਦੀ ਵੀ ਛਿੜਕੀ ਨਹੀਂ ਤੇ ਕੋੜਾ ਵੀ ਕਦੀ ਨਾ ਬੋਲੀ ਤੇ ਕਦੀ ਇਸ ਪੁੱਤਰ ਦਾ ਮੂੰਹ ਨਾ ਫਿਟਕਾਰੀ ਇਹ ਤੇ ਮਹਾਪੂਰਕ ਹੈ ਇਸ ਦਾ ਸਦਕਾ ਸ਼ਹਿਰ ਮੇਰਾ ਵਸਦਾ ਹੈ ਤੇ ਮੈਂ ਇਸ ਦਾ ਸਦਕਾ ਨਿਹਾਲ ਹੋਇਆ ਹ ਤੇ ਕਾਲੂ ਤੂੰ ਵੀ ਨਿਹਾਲ ਹੈ ਜੋ ਇਸ ਦੇ ਘਰ ਐਸਾ ਪੁੱਤਰ ਪੈਦਾ ਹੋਇਆ ਹੈ ਤਾਂ ਕਾਲੂ ਆਖਿਆ ਭਲਾ ਰਾਈ ਜੀ ਵੱਡਾ ਹੋਸੀ ਤਾਂ ਜਾਣਾਂਗੇ ਹੁਣ ਤਾਂ ਕੰਮ ਘਰ ਕੋਈ ਨਹੀਂ ਕਰਦਾ ਅਤੇ ਜੋ ਕੁਝ ਵਸਤੂ ਕੋ ਰੋ ਲੈ ਜਾਂਦਾ ਹੈ ਸੋ ਬਾਹਰ ਸੁੱਟ ਆਉਂਦਾ ਹੈ ਇਹ ਬਾਤ ਕਹਿ ਕੇ ਕਾਲੂ ਆਪਣੇ ਘਰ ਨੂੰ ਆਇਆ ਇੱਕ ਦਿਨ ਨਾਨਕ ਜੀ ਫੇਰ ਮੱਝੀ ਚਾਰਨ ਗਏ ਤਾਂ ਬਾਹਰ ਜਾ ਕੇ ਸੋ ਗਏ ਦੁਪਹਿਰ ਹੋਈ ਤਾਂ ਸਭ ਦਰਖਤਾਂ ਦੇ ਪਰਛਾਵੇਂ ਟਲ ਗਏ ਜਿੱਥੇ ਨਾਨਕ ਜੀ ਸੁੱਤੇ ਸੇ ਉਸ ਦਾ ਪਰਛਾਵਾਂ ਨਾ ਫਿਰਿਆ ਫਿਰ ਕੱਛ ਕਰਕੇ ਰਾਏ ਜੀ ਆਇਆ ਦੇਖੇ ਤਾਂ ਹੋਰ ਪਰਛਾਵੇਂ ਟਲ ਗਏ ਸੀ ਤੇ ਉਹ ਪਰਛਾਵਾ ਟਲਿਆ ਹੀ ਨਹੀਂ ਸੀ ਐਵੇਂ ਕੇ ਰਾਏ ਬੰਦਗੀ ਕਰਕੇ ਚਲਿਆ ਗਿਆ ਤਾਂ ਲੋਕਾਂ ਨੂੰ ਆਖਣ ਲੱਗਾ ਭਾਈ ਇਹ ਕਾਲੂ ਦਾ ਪੁੱਤਰ ਨਾਨਕ ਪੂਰਨ ਪੂਰਕ ਹੈ ਸਦਾ ਇਸ ਦੀਆਂ ਸਭੇ ਬਾਤਾ ਅश्चਰਜ ਦੇਖਿਆ ਹਨ ਅੱਗੇ ਖੇਤੀ ਦੀ ਬਾਤ ਹੋਈ ਪਿੱਛੋਂ ਸਰਪ ਦੀ ਹੋਈ ਤੇ ਹੁਣ ਪਰਛਾਵਾਂ ਘੜਾ ਰਿਹਾ ਹੈ ਤਾਰਾਏ ਬੁਲਾਰ ਉਸ ਤਤ ਕਰਦਾ ਆਪਣੇ ਘਰ ਨੂੰ ਆਇਆ ਤੇ ਗੁਰੂ ਜੀ ਦੀ ਉਹਾ ਚੱਲ ਆਈ ਤਾਂ ਪਿਤਾ ਆਖੇ ਪੁੱਤਰ ਲੋਕਾਂ ਦੇ ਉਲਾਮਿਆਂ ਮੈਨੂੰ ਜਿੱਚ ਕੀਤਾ ਹਾਂ ਤੂੰ ਸਮਝਦਾ श्री गुरु के आपला पिता जी जो आखोगे मैं सो ही करांगा सारे ही आखिए तान 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 सतगुरु नानक देव जी थान तान, तान श्री सतगुरु जगजीत सिंह जी साड़ी उन्होंने चरणा ती अनेक अनेक वारी डंडौौत बंधना है